ਅਸੀਂ ਹੁਣ ਜਿਹੜੀ ਜਗ੍ਹਾ ਤੇ ਆ ਇਹ ਜਗ੍ਹਾ ਹੈਗੀ ਆ ਬਰਨਿੰਗ ਬੁਸ਼ ਇਹ ਬਲਦੀ ਹੋਈ ਝਾੜੀ ਜਿਹੜੀ ਉਹ ਵਾਲੀ ਜਗ੍ਹਾ ਵਾ ਆਓ ਆਪਾਂ ਦੇਖਾਂਗੇ ਬਰਨਿੰਗ ਬੁਸ਼ This is a burning bush. This is a very holy place. The God started to speak to Moses through this burning bush. How we know that burning bush? How we know that? We have this called carbon 14. Show us how all that organic stuff. ਜੋ ਆਪਾਂ ਦੇਖਦੇ ਹਾਂ ਇਹ ਬਰਨਿੰਗ ਬੁਸ਼ ਆ ਜਿੱਥੇ ਇਸੇ ਜਗ੍ਹਾ ਤੇ ਯਹੋਵਾ ਪਰਮੇਸ਼ਵਰ ਮੂਸਾ ਦੇ ਨਾਲ ਬੋਲਿਆ ਮੂਸਾ ਦੇ ਨਾਲ ਗੱਲਬਾਤ ਕੀਤੀ ਇਸੇ ਜਗ੍ਹਾ ਤੇ ਯਹੋਵਾ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਸੀ ਮੂਸਾ ਜਦੋਂ ਤੂੰ ਮੇਰੇ ਕੋਲ ਆਵੇਂ ਤੇ ਆਪਦੀ ਜਿਹੜੀ ਜੁੱਤੀ ਆ ਇਹ ਲਾ ਕੇ ਆ ਬਾਈ ਦਿਸ ਟੈਸਟ ਸ਼ੋ ਆਫ ਇਟਸ ਓਵਰ 4000 ਇਅਰਸ ਓਲਡ ਟ੍ਰੀ ਦਿਸ ਵਨ 4000 ਇਅਰਸ ਇਹ ਜੋ ਆਪਾਂ ਦੇਖਦੇ ਪਏ ਆ ਦਰਖਤ ਇਹ 4000 ਜੋ ਆਪਾਂ ਬੁਸ਼ ਦੇਖਦੇ ਪਏ ਝਾੜੀ ਦੇਖਦੇ ਪਏ ਆ ਇਹ 4000 ਸਾਲ ਪੁਰਾਣੀ ਆ ਓਕੇ ਸੋ ਪੂਰੇ ਮਿਸਰ ਤੇ ਇਦਾਂ ਦੀ ਹਰਿਆਲੀ ਨਹੀਂ ਮਿਲਣੀ ਜਿੱਦਾਂ ਦੀ ਇਹ ਹੈ ਇਟਸ ਵੈਰੀ ਯੂਨੀਕ ਕਾਈਂਡ ਆਫ ਕੀ ਅੱਜ ਆਪਾਂ ਸਾਰੇ ਜਣੇ ਇੱਥੇ ਆ ਲੇਕਿਨ ਆਪਾਂ ਜਿਹੜੀ ਆ ਪੱਟੀ ਲੱਗੀ ਹੋਈ ਆ ਇਹ ਤੋਂ ਗਾਣੀ ਜਾ ਸਕਦੇ ਯੈਸ ਓਕੇ ਸੋ ਦਿਸ ਇਜ਼ ਹੇਅਰ ਦ ਗੋਡ ਸਟਾਰਟ ਟੂ ਸਪੀਕ ਟੂ ਮੋਸੇਸ ਟੂ ਲੈਟ ਹਿਮ ਗੋ ਟੂ ਦ ਲੈਂਡ ਆਫ ਇਜੀਪਟ ਟੂ ਲੈਟ ਹਿਸ ਪੀਪਲ ਗੋ ਇਹ ਉਹੀ ਜਗ੍ਹਾ ਵਾ ਜਿੱਥੇ ਯਹੋਵਾ ਪਰਮੇਸ਼ਵਰ ਮੂਸਾ ਨੂੰ ਬੋਲਿਆ ਮੂਸਾ ਨੂੰ ਕਿਹਾ ਕਿ ਮੂਸਾ ਤੂੰ ਮਿਸਰ ਦੇਸ਼ ਨੂੰ ਜਾ ਮਿਸਰ ਦੇਸ਼ ਦੇ ਵਿੱਚੋਂ ਲੋਕਾਂ ਨੂੰ ਇਜ਼ਰਾਈਲੀਆਂ ਨੂੰ ਛਡਾ ਕੇ ਲੈ ਕੇ ਆ ਓਕੇ ਸੋ ਟੇਕ ਯੂਰ ਫੋਟੋ ਆਫਟਰ ਦੈਟ ਟੂ ਗੋ ਫੋਰ ਦ ਵੇਅਰ ਆਪਣੀ ਤੁਸੀਂ ਇੱਥੇ ਫੋਟੋ ਲੈ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਆਪਾਂ ਤੁਹਾਨੂੰ ਖੂਹ ਦੱਸਿਆ ਵਾ ਜਿੱਥੇ ਮੂਸਾ ਆਪਦੀ ਵਾਈਫ ਜਫੋਰਾ ਨੂੰ ਆਪਦੀ ਵਾਈਫ ਸਿਫੋਰਾ ਨੂੰ ਪਹਿਲੀ ਵਾਰ ਮਿਲਿਆ ਸੀਗਾ ਉੱਥੇ ਆਪਾਂ ਜਾ ਉੱਥੇ ਉਸ ਤੋਂ ਬਾਅਦ ਜਾਵਾਂਗੇ ਸਾਰਿਆਂ ਨੂੰ ਜੈ ਮਸੀਹ ਹਾਲੇਲੂਇਆ ਹਾਲੇਲੂਇਆ ਭੈਣ ਭਾਈਆਂ ਨੂੰ ਜੈ ਮਸੀਹ ਸਾਰੇ ਬੋਲੋ ਜੈ ਮਸੀਹ ਜੈ ਮਸੀਹ ਅੱਜ ਅਸੀਂ ਹੈਗੇ ਆ ਬਹੁਤ ਪਵਿੱਤਰ ਸਥਾਨ ਤੇ ਅਤ ਪਵਿੱਤਰ ਸਥਾਨ ਤੇ ਜਿੱਥੇ ਯਹੋਵਾ ਪਰਮੇਸ਼ਵਰ ਮੂਸਾ ਨਾਲ ਗੱਲਬਾਤ ਕੀਤੀ ਮੂਸਾ ਨੂੰ ਕਿਹਾ ਕਿ ਮੂਸਾ ਜਾਂ ਇਸرائیਲੀਆਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਛੁਡਾ ਕੇ ਲੈ ਕੇ ਆ ਇਹ ਉਹੀ ਜਗ੍ਹਾ ਪਾਸ ਸੰਦੀਪ ਸਬਰਵਾਲ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਆਪਾਂ ਨੂੰ ਦੱਸੂਗੇ ਸਾਰਿਆਂ ਨੂੰ ਜੈ ਮਸੀਹ ਦੀ ਪਰਮੇਸ਼ਵਰ ਦੇ ਸ਼ੁਕਰਗੁਜ਼ਾਰ ਆ ਕਿ ਪ੍ਰਭੂ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਉਸ ਜਗ੍ਹਾ ਤੇ ਆ ਜਿੱਥੇ ਯਹੋਵਾ ਪਰਮੇਸ਼ਵਰ ਨੇ ਸਿਨਾਈ ਪਰਬਤ ਦੇ ਉੱਤੇ ਮੂਸਾ ਨੂੰ ਬਲਦੀ ਝਾੜੀ ਦੇ ਵਿੱਚੋਂ ਆਪਣੇ ਚਿਹਰੇ ਤੇ ਆਪਣੇ ਜਲਾਲ ਨੂੰ ਪ੍ਰਗਟ ਕੀਤਾ ਮੇਰੇ ਪਿੱਛੇ ਤੁਸੀਂ ਇੱਕ ਗ੍ਰੀਨ ਕਲਰ ਦੀ ਝਾੜੀ ਨੂੰ ਦੇਖ ਸਕਦੇ ਹੋ ਜਿਹੜੀ ਉਹੀ ਝਾੜੀ ਹੈ ਸੇਮ ਜੋ ਅੱਜ ਤੋਂ 4000 ਸਾਲ ਪੁਰਾਣੀ ਝਾੜੀ ਹੈ ਜਿਸ ਝਾੜੀ ਦੇ ਵਿੱਚੋਂ ਯਹੋਵਾ ਪਰਮੇਸ਼ਵਰ ਨੇ ਮੂਸਾ ਨੂੰ ਆਪਣਾ ਚਿਹਰਾ ਦਿਖਾਇਆ ਆਪ ਸਭ ਦੇਖ ਸਕਦੇ ਹੋ ਔਰ ਮੈਂ ਦੁਆ ਕਰਦਾ ਹਾਂ ਆਸ ਕਰਦਾ ਹਾਂ ਕਿ ਜਲਦ ਪ੍ਰਭੂ ਆਪ ਸਭ ਨੂੰ ਇਸ ਜਗ੍ਹਾ ਤੇ ਲੈ ਕੇ ਆਵੇ ਔਰ ਆਪ ਸਭ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਕੇ ਉਹਦੇ ਭਵਨ ਦੇ ਵਿੱਚ ਉਹਦੀ ਹੈਕਲ ਚ ਆ ਕੇ ਉਹਦੀ ਬਰਕਤਾਂ ਨੂੰ ਹਾਸਲ ਕਰ ਸਕੀਏ ਸਾਰੇ ਤੁਹਾਡੇ ਲਈ ਦੁਆ ਕਰਦੇ ਹੱਥ ਚੱਕ ਕੇ ਪ੍ਰਭੂ ਦਾ ਧੰਨਵਾਦ ਥੈਂਕ ਯੂ ਜੀਸਸ ਫੈਮਿਲੀ ਪ੍ਰਭੂ ਸਾਡੇ ਲੋਕਾਂ ਨੂੰ ਵੀ ਇਸ ਤਰ੍ਹਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਜੀਸਸ ਆਮੇਨ ਆਮੇਨ